ਭਾਈ ਕਿਹੜੀ ਪਾਰਟੀ ਵੱਲੋਂ? ਹਾਂਜੀ ਬੀਜੇਪੀ। ਬੀਜੇਪੀ ਗੱਡੀ ਤੇ ਚੜ ਕੇ ਬੈਠੇ ਹੈ ਨੌਜਵਾਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ, ਕਿਉਂਕਿ ਇਹਨਾਂ ਵੱਲੋਂ ਦਿਨ ਦਿਹਾੜੇ ਹੁੱਲੜਬਾਜ਼ੀ ਕੀਤੀ ਗਈ ਹੈ। ਤਸਵੀਰਾਂ ਅੰਮ੍ਰਿਤਸਰ ਦੇ ਲੋਹਾਰੀ ਗੇਟ ਤੋਂ ਸਾਹਮਣੇ ਆਈਆਂ ਨੇ। ਜਿਸ ਸੜਕ ਤੇ ਇਹਨਾਂ ਵੱਲੋਂ ਇਹ ਹੁੱਲੜਬਾਜ਼ੀ ਕੀਤੀ ਗਈ ਆ, ਉਹ ਕਾਫੀ ਵਿਅਸਤ ਰੋਡ ਹੈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਗੱਡੀ ਤੇ ਸ਼ਰੇਆਮ ਚੜ ਕੇ ਬੈਠੇ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆਏ ਨੇ। ਤੇ ਜਦੋਂ ਇਹਨਾਂ ਨੂੰ ਕਿਸੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ, ਤਾਂ ਇਹ ਆਪਣੇ ਆਪ ਨੂੰ ਭਾਜਪਾ ਵਰਕਰ ਦੱਸ ਰਹੇ ਨੇ। ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੌਜਵਾਨਾਂ ਦੇ ਲਈ? ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ, ਜੋ ਆਪਣੇ ਆਪ ਨੂੰ ਭਾਜਪਾ ਵਰਕਰ ਦੱਸ ਰਹੇ ਨੇ। ਭਾਈ ਕਿਹੜੀ ਪਾਰਟੀ ਵੱਲੋਂ? ਹਾਂਜੀ ਬੀਜੇਪੀ। ਬੀਜੇਪੀ ਭਾਈ ਕਿਹੜੀ ਪਾਰਟੀ ਵੱਲੋਂ? ਹਾਂਜੀ ਬੀਜੇਪੀ। ਬੀਜੇਪੀ ਗੱਡੀ ਤੇ ਚੜ ਕੇ ਬੈਠੇ ਹੈ ਨੌਜਵਾਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ, ਕਿਉਂਕਿ ਇਹਨਾਂ ਵੱਲੋਂ ਦਿਨ ਦਿਹਾੜੇ ਹੁੱਲੜਬਾਜ਼ੀ ਕੀਤੀ ਗਈ ਹੈ। ਤਸਵੀਰਾਂ ਅੰਮ੍ਰਿਤਸਰ ਦੇ ਲੋਹਾਰੀ ਗੇਟ ਤੋਂ ਸਾਹਮਣੇ ਆਈਆਂ ਨੇ। ਜਿਸ ਸੜਕ ਤੇ ਇਹਨਾਂ ਵੱਲੋਂ ਇਹ ਹੁੱਲੜਬਾਜ਼ੀ ਕੀਤੀ ਗਈ ਆ, ਉਹ ਕਾਫੀ ਵਿਅਸਤ ਰੋਡ ਹੈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਗੱਡੀ ਤੇ ਸ਼ਰੇਆਮ ਚੜ ਕੇ ਬੈਠੇ ਨੇ ਤੇ ਹੁੱਲੜਬਾਜ਼ੀ ਕਰਦੇ ਨਜ਼ਰ ਆਏ ਨੇ। ਤੇ ਜਦੋਂ ਇਹਨਾਂ ਨੂੰ ਕਿਸੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ, ਤਾਂ ਇਹ ਆਪਣੇ ਆਪ ਨੂੰ ਭਾਜਪਾ ਵਰਕਰ ਦੱਸ ਰਹੇ ਨੇ। ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੌਜਵਾਨਾਂ ਦੇ ਲਈ? ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ, ਜੋ ਆਪਣੇ ਆਪ ਨੂੰ ਭਾਜਪਾ ਵਰਕਰ ਦੱਸ ਰਹੇ ਨੇ। ਭਾਈ ਕਿਹੜੀ ਪਾਰਟੀ ਵੱਲੋਂ? ਹਾਂਜੀ ਬੀਜੇਪੀ। ਬੀਜੇਪੀ ਭਾਈ ਕਿਹੜੀ ਪਾਰਟੀ ਵੱਲੋਂ? ਹਾਂਜੀ ਬੀਜੇਪੀ। ਬੀਜੇਪੀ ਗੱਡੀ ਤੇ ਚੜ ਕੇ ਬੈਠੇ ਹੈ ਨੌਜਵਾਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਨਜ਼ਰ ਆਏ, ਕਿਉਂਕਿ ਇਹਨਾਂ ਵੱਲੋਂ ਦਿਨ ਦਿਹਾੜੇ ਹੁੱਲੜਬਾਜ਼ੀ ਕੀਤੀ ਗਈ ਹੈ। ਤਸਵੀਰਾਂ ਅੰਮ੍ਰਿਤਸਰ ਦੇ ਲੋਹਾਰੀ ਗੇਟ ਤੋਂ ਸਾਹਮਣੇ ਆਈਆਂ ਨੇ। ਜਿਸ ਸੜਕ ਤੇ ਇਹਨਾਂ ਵੱਲੋਂ ਇਹ ਹੁੱਲੜਬਾਜ਼ੀ ਕੀਤੀ ਗਈ ਆ, ਉਹ ਕਾਫੀ ਵਿਅਸਤ ਰੋਡ ਹੈ। ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਗੱਡੀ ਤੇ ਸ਼ਰੇਆਮ ਚੜ ਕੇ ਬੈਠੇ ਨੇ ਤੇ
ਹੁਲੜਬਾਜ਼ੀ ਕਰਦੇ ਨਜ਼ਰ ਆਏ ਨੇ ਤੇ ਜਦੋਂ ਇਹਨਾਂ ਨੂੰ ਕਿਸੇ ਵੱਲੋਂ ਪੁੱਛਿਆ ਜਾਂਦਾ ਹੈ ਕਿ ਤੁਸੀਂ ਕੌਣ ਹੋ ਤਾਂ ਇਹ ਆਪਣੇ ਆਪ ਨੂੰ ਭਾਜਪਾ ਵਰਕਰ ਦੱਸ ਰਹੇ ਨੇ। ਇਹਨਾਂ ਤਸਵੀਰਾਂ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹਨਾਂ ਨੌਜਵਾਨਾਂ ਦੇ ਲਈ? ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਜੋ ਆਪਣੇ ਆਪ ਨੂੰ ਭਾਜਪਾ ਵਰਕਰ ਦੱਸ ਰਹੇ ਨੇ। ਭਾਈ ਕਿਹੜੀ ਪਾਰਟੀ ਵੱਲੋਂ? ਹਾਂਜੀ ਬੀਜੇਪੀ। ਬੀਜੇਪੀ ਮਹਾਰਾਜ।